ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸਲਾਮ ਵਾਲੇਕੁਮ ਜੀ, ਵੈਲਕਮ ਵੈਲਕਮ ਕਰਦੇ ਤੁਹਾਡਾ ਆਪਣੇ ਚੈਨਲ 'ਚ। ਉਮੀਦ ਕਰਦੇ ਹਾਂ ਕਿ ਸਭ ਠੀਕ ਠਾਕ ਹੋਣਗੇ ਅੱਲਾਹ ਦੇ ਕਰਮ ਤੇ ਫਜ਼ਲ ਨਾਲ ਜੀ। ਅਲਹਮਦੁਲਿਲਾ, ਅਸੀਂ ਵੀ ਠੀਕ ਹਾਂ ਜੀ, ਮਾਸ਼ਾਅੱਲਾ ਜੀ, ਮਾਸ਼ਾਅੱਲਾ। ਜਿੱਦਾਂ ਕਿ ਤੁਹਾਨੂੰ ਪਤਾ ਹੈਗਾ ਕਿ ਰੱਬ ਦੀ ਰਹਿਮਤ ਆਈ ਆ, ਸਾਡੇ ਘਰ ਮਹਿਮਾਨ ਆਏ, ਮਾਸ਼ਾਅੱਲਾ ਮੇਰੀ ਫਰੈਂਡ ਆਈ ਆ, ਅਤੇ ਸੁਬਹਾ ਦਾ ਟਾਈਮ ਹੈਗਾ ਵਾ, ਨਾਸ਼ਤਾ ਜੀ ਸਾਡਾ ਰੈਡੀ ਹੈਗਾ ਵਾ, ਅਤੇ ਕਰਦੇ ਹਾਂ ਅਸੀਂ ਸਟਾਰਟ। ਅਤੇ ਦਹੀਂ ਅਸੀਂ ਲਿਆ ਹੈਗਾ, ਸਾਦਾ ਦਹੀਂ ਵਾ, ਅਤੇ ਦੂਸਰਾ ਰਾਇਤੇ ਵਾਲਾ ਵਾ, ਸਾਲਨ ਹੈਗੇ ਵਾ, ਤੇ ਖੀਰ ਬਣਾਈ ਆ, ਬਾਕੀ ਜੋ ਵੀ ਹੈਗਾ ਤੁਹਾਡੇ ਸਾਹਮਣੇ ਆ। ਤੇ ਹੁਣ ਜੀ ਸਟਾਰਟ ਕਰਦੇ ਆ, ਆਜੋ ਜਿਹਨੇ ਜਿਹਨੇ ਖਾਣਾ ਖਾਣਾ ਵਾ। ਤੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਅੱਜ ਅਸੀਂ ਜਾਣ ਡੇ ਹੈਗੇ ਖਾਸ ਜਗ੍ਹਾ ਤੇ, ਤੇ ਅਗਰ ਤੁਸੀਂ ਸਾਡੇ ਨਾਲ ਜੁੜੇ ਰਹੋਗੇ ਅਗਲੇ ਵਲੋਗਾਂ ਨੂੰ ਤੁਹਾਨੂੰ ਪਤਾ ਚੱਲ ਜਾਏਗਾ ਕਿ ਅਸੀਂ ਕਿੱਥੇ ਆ, ਤੇ ਕੁਛ ਸਪੈਸ਼ਲ ਗੱਲਾਂ ਹੈਗੀਆਂ ਜਿਹੜੀਆਂ ਤੁਸੀਂ ਵਲੋਗ ਪੂਰਾ ਦੇਖੋਗੇ ਤੇ ਤੁਹਾਨੂੰ ਪਤਾ ਚੱਲੇਗਾ ਵੀ ਵਲੋਗ ਦੇ ਵਿੱਚ ਕੀ ਹੈਗਾ ਤੇ ਕੀ ਨਹੀਂ ਹੈਗਾ। ਤੇ ਜੀ ਹੁਣ ਸੁਬਹਾ ਦਾ ਟਾਈਮ ਹੋਇਆ, ਜੇ ਜੀ ਨਾਸ਼ਤਾ ਕਰ ਲਈਏ। ਚਲੋ ਕਰੋ, ਪੜ੍ਹੋ ਬਿਸਮਿਲ੍ਲਾ। ਹਾਂਜੀ ਜੀ, ਮਾਸ਼ਾਅੱਲਾ ਜੀ, ਖਾਣਾ ਜਿਹੜਾ ਅਸੀਂ ਖਾ ਲਿਆ, ਤੇ ਚਾਹ ਦੀ ਹੁਣ ਤਿਆਰੀ ਹੈ, ਤੇ ਮਾਸ਼ਾਅੱਲਾ ਜੀ ਬਰਤਨ ਵੀ ਹੁਣ ਜਾਣਾ ਹੈਗਾ ਵਾ, ਤੇ ਇਹ ਧੋ ਕੇ ਹੀ ਆਪਾਂ ਜਾਣਾ ਵਾ, ਕਿਉਂਕਿ ਐਵੇਂ ਨਹੀਂ ਛੱਡੀ ਤੇ ਹੁੰਦੇ ਖਾ, ਜਿਹੜਾ ਕੰਮ ਹੁੰਦਾ ਮੁਕਾ ਕੇ ਜਾਣਾ ਚਾਹੀਦਾ। ਤੇ ਮਾਸ਼ਾਅੱਲਾ ਜੀ ਚਾਹ ਜੀ ਜਿਹਨੇ ਜਿਹਨੇ ਚਾਹ ਪੀਣੀ ਆ ਆ ਜਾਵੇ, ਅੱਛੇ ਪੀਣ ਲੱਗੀ ਆ ਚਾਹ। ਆ ਜਾ ਦੁਆਰਾ ਦੁੱਧ ਬੋਤਲ ਚ ਦੁੱਧ ਪਾਉਣਾ। ਨਹੀਂ ਇਹ ਛੋਟੀ ਨਹੀਂ, ਵੱਡੀ ਬੋਤਲ ਚ ਪਾ ਦਿੰਦੇ ਹਾਂ। ਹਾਂਜੀ ਜਿੰਨੀ ਜਲਦੀ ਹੈ ਉਨੇ ਹੀ ਕੰਮ ਨਿਕਲੀ ਹੁੰਦੀ ਹੈ। ਤੈਨੂੰ
ਅੱਜ ਜੀ ਦੁੱਧ ਅਸੀਂ ਪਾ ਲਿਆ, ਥੋੜ੍ਹੀ ਦੇਰ ਫਰਿੱਜ 'ਚ ਰੱਖਾਂਗੇ ਅਤੇ ਹੁਣ ਜੀ ਮੈਂ ਤਿਆਰੀ ਕਰ ਲਵਾਂ, ਸਾਨੂੰ ਦੇਰ ਹੋਣ ਦੀ ਹੈਗੀ ਆ, ਅਤੇ ਤੁਸੀਂ ਬਲੌਗ ਦੇ ਨਾਲ ਜੁੜੇ ਰਹੋ ਕਿ ਪਨੀਰ ਕਰਨਾ ਹੈਗਾ ਪੜਾ ਵੀ। ਚਲੋ ਪੱਤੀ ਚੀਨੀ ਲੱਭ ਜੂ ਹਾਂ ਲੈ ਲੈ।